ਮਰਤਬਾ ਪ੍ਰਾਪਤ ਕਰਦੇ ਆ ਗੁਰੂ ਘਰ ਦੇ ਵਿੱਚ, ਔਰ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦੀਆਂ 12 ਗਾਈਆਂ ਚਵਰ ਛਤਰ ਤਖਤੀ ਦੇ ਮਾਲਕ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦੇ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੇ ਵਿਸ਼ਵ ਭਰ ਦੇ ਵਿੱਚ 1 ਜੂਨ ਤੋਂ ਲੈ ਕੇ 6-7 ਜੂਨ ਤੱਕ ਇਹ ਪੂਰਾ ਹਫ਼ਤਾ ਜਿਹਨੂੰ ਅੱਜ ਕੱਲ੍ਹ ਘੱਲੂਘਾਰਾ ਹਫ਼ਤਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ, ਇਹਨਾਂ ਦਿਨਾਂ ਦੇ ਵਿੱਚ ਜੋ ਜੂਨ 1984 ਦੇ ਵਿੱਚ ਘੱਲੂਘਾਰਾ ਵਾਪਰਿਆ, ਉਸ ਘੱਲੂਘਾਰੇ ਦੇ ਸ਼ਹੀਦ ਉਹਨਾਂ ਦੇ ਬਾਬਤ, ਉਹ ਕਿਸ ਤਰ੍ਹਾਂ ਉਹ ਅੰਮ੍ਰਿਤਸਰ ਦੀ ਜੰਗ ਲੜੇ, ਕਿਸ ਤਰ੍ਹਾਂ ਦਿੱਲੀ ਦਰਬਾਰ ਨੇ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਉਹਨਾਂ ਸ਼ਹੀਦਾਂ ਦੇ ਨਿਮਿੱਤ ਸੰਗਤਾਂ ਜੁੜਦੀਆਂ। ਮੇਰੇ ਤੋਂ ਪਹਿਲਾਂ ਭਾਈ ਸੁਖਪ੍ਰੀਤ ਸਿੰਘ ਹੁਣਾਂ ਨੇ ਤੁਹਾਨੂੰ ਉਸ ਲਾਸਾਨੀ ਤਵਾਰੀਖ ਦੇ ਨਾਲ ਸਾਂਝ ਪਵਾਈ ਕਿ ਕਿਸ ਤਰ੍ਹਾਂ ਸ਼ਹੀਦ ਲੜੇ, ਕਿਸ ਤਰ੍ਹਾਂ ਉਹਨਾਂ ਸ਼ਹੀਦਾਂ ਤੋਂ ਬਿਨਾਂ ਜੋ ਨਾਨਕ ਨਾਮ ਲੇਵਾ ਸੰਗਤ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਜੋ ਆਮ ਸੰਗਤ ਵੀ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਤਰ ਹੋਈ ਸੀਗੀ, ਉਹਦੀਆਂ ਕਿਸ ਤਰ੍ਹਾਂ ਸ਼ਹਾਦਤਾਂ ਹੋਈਆਂ ਉਹਨਾਂ ਦੀ ਤਫਸੀਲ ਉਹਨਾਂ ਨੇ ਸੁਣਾਈ। ਮੈਂ 5-10 ਮਿੰਟ ਦੇ ਲਈ ਇਹ ਹਮਲਾ ਦਿੱਲੀ ਦਰਬਾਰ ਨੇ ਕਿਉਂ ਕੀਤਾ ਅਤੇ ਗੁਰੂ ਖਾਲਸਾ ਪੰਥ ਨੇ ਇਹ ਹਮਲਾ ਦਾ ਜਵਾਬ ਕਿਉਂ ਦਿੱਤਾ, ਇਹ ਦੋ ਗੱਲਾਂ ਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਕੁਛ ਵਿਚਾਰਾਂ ਕਰਨੀਆਂ ਨੇ। ਤੋ ਪਹਿਲੀ ਗੱਲ ਤਾਂ ਇਹ ਕਿ ਜਦੋਂ ਵੀ ਸਿੱਖਾਂ ਦੇ ਸੰਘਰਸ਼ ਦੀ ਗੱਲ ਹੁੰਦੀ, ਜਦੋਂ ਸ਼ਹਾਦਤਾਂ ਦੀ ਗੱਲ ਹੁੰਦੀ, ਤੋ ਉਦੋਂ ਹੀ ਸਦਾ ਹੀ ਸਾਨੂੰ ਸਿੱਖਾਂ ਦਾ ਸਾਰਾ ਇਤਿਹਾਸ ਅਤੇ ਗੁਰਮਤ ਹੈ ਜਿਹੜੀ, ਉਹਦੇ ਤੋਂ ਸੇਧ ਲੈਣ ਦੀ ਜ਼ਰੂਰਤ ਹੁੰਦੀ ਕਿ ਸਿੱਖ ਇਤਿਹਾਸ ਦੇ ਵਿੱਚ, ਗੁਰਮਤ ਦੇ ਵਿੱਚ ਜਿਹੜਾ ਸ਼ਹਾਦਤ ਦਾ ਮਰਤਬਾ ਹੈ, ਜਿਹੜਾ ਸ਼ਹਾਦਤ ਦਾ ਰਾਸਤਾ ਹੈ, ਉਹ ਕਿਹਨਾਂ ਵਜ੍ਹਾ ਕਰਕੇ, ਕਿਹਨਾਂ ਕਾਰਨਾਂ ਕਰਕੇ ਸ਼ਹਾਦਤ ਦਾ ਮਰਤਬਾ ਪ੍ਰਾਪਤ ਹੁੰਦਾ, ਕਿਸ ਵਜ੍ਹਾ ਕਰਕੇ ਸ਼ਹਾਦਤ ਹੁੰਦੀ। ਕਿਉਂਕਿ ਇਸ ਦੁਨੀਆ ਦਾ ਜੇ ਆਪਾਂ ਇਤਿਹਾਸ ਪੜ੍ਹੀਏ, ਇਸ ਇਤਿਹਾਸ ਦੇ ਵਿੱਚ ਜੰਗਾਂ ਯੁੱਧਾਂ ਦੇ ਵਿੱਚ ਵੀ ਪਹਿਲਾਂ ਬਹੁਤ ਸਾਰੀਆਂ ਕੁਰਬਾਨੀਆਂ ਬੇਸ਼ੁਮਾਰ ਬੇਗਿਣਤ ਹੋਈਆਂ ਨੇ, ਪਰ ਜਿਹੜੀ ਇਹ ਗੁਰੂ ਘਰ ਦੇ ਵਿੱਚ ਸ਼ਹਾਦਤ ਦਾ ਮਰਤਬਾ ਹੈ, ਸ਼ਹੀਦ ਦਾ ਮਰਤਬਾ ਹੈ, ਉਹ ਦੁਨੀਆ ਦੇ ਜਿਹੜੇ ਬਾਕੀ ਸਾਰੇ ਲੋਕ ਆਪਣੀਆਂ ਕੁਰਬਾਨੀਆਂ ਦਿੰਦੇ ਨੇ, ਜਾਂ ਹੁਣ ਤਾਂ ਦੁਨੀਆ ਦੇ ਵਿੱਚ ਬਹੁਤ ਹੋਰ ਤਰ੍ਹਾਂ ਦੇ ਲੋਕਾਂ ਨੂੰ ਵੀ ਸ਼ਹੀਦ ਕਿਹਾ ਜਾਂਦਾ ਹੈ, ਤਾਂ ਜਿਹੜਾ ਗੁਰੂ ਘਰ ਦੇ ਵਿੱਚ ਸ਼ਹੀਦ ਹੈ ਉਹ ਕਿਸ ਨੂੰ ਕਿਹਾ ਜਾਂਦਾ ਹੈ, ਉਹਦੇ ਸੰਬੰਧੀ ਆਪਾਂ ਨੂੰ ਜ਼ਰੂਰ ਵਿਚਾਰ ਕਰਨ ਦੀ ਲੋੜ ਹੈ, ਤਦੇ ਅਸੀਂ ਇਹਨਾਂ ਸ਼ਹੀਦਾਂ ਦਾ ਜੋ ਅਸਥਾਨ ਹੈ ਸਿੱਖ ਇਤਿਹਾਸ ਦੇ ਵਿੱਚ ਸਮਝ ਸਕਾਂਗੇ। ਇਹ ਆਪਾਂ ਨੂੰ ਬਹੁਤ ਪਤਾ ਹੈ ਕਿ ਦੁਨੀਆ ਭਰ ਦੇ ਵਿੱਚ ਜਦੋਂ ਵੀ ਜੰਗ ਯੁੱਧ ਹੁੰਦੇ, ਪਹਿਲਾਂ ਵੀ ਇਹ ਹੁੰਦੇ ਰਹੇ ਨੇ, ਜੋ ਅੱਜ ਵੀ ਹੋ ਰਹੇ ਨੇ, ਉਹ ਬੁਨਿਆਦੀ ਰੂਪ ਦੇ ਵਿੱਚ ਹਉਂ ਦਾ ਹੀ ਪਸਾਰ ਹੁੰਦੇ, ਹਉਮੈਂ ਦਾ ਹੀ ਪਸਾਰ ਹੁੰਦੇ, 5 ਵਿਕਾਰਾਂ ਦੇ ਅਧੀਨ ਹੋ ਕੇ ਹੀ ਮਨੁੱਖ ਜਾਂ ਆਪਣੇ ਮਾਣ ਦੇ ਲਈ, ਆਪਣੀ ਸ਼ੌਹਰਤ ਦੇ ਲਈ, ਜਾਂ ਪਦਾਰਥ ਪੈਸਾ ਇਹ ਧਰਤੀ ਦੇ ਉੱਤੇ ਆਪਣੀ ਮਲਕੀਅਤ ਦੇ ਉੱਤੇ ਕਬਜ਼ਾ ਜਮਾਉਣ ਦੇ ਲਈ,
ਜਾਂ ਐਸ਼ ਪ੍ਰਸਤੀ ਦੇ ਲਈ ਜੰਗ ਯੁੱਧ ਕਰਦਾ ਰਿਹਾ ਪਹਿਲਾਂ ਵੀ ਤੇ ਅੱਜ ਵੀ। ਪਰ ਜਿਹੜੀ ਗੁਰੂ ਘਰ ਦੇ ਵਿੱਚ ਜੰਗ ਹੈ ਉਹ ਇਹਨਾਂ ਵਜ੍ਹਾ ਕਰਕੇ ਨਹੀਂ ਹੁੰਦੀ ਹੈ। ਗੁਰੂ ਘਰ ਦੇ ਵਿੱਚ ਜਿਹੜੀ ਜੰਗ ਹੈ ਔਰ ਜਾਂ ਸ਼ਹਾਦਤ ਹੈ ਉਹ ਸੱਚ ਨੂੰ ਪ੍ਰਗਟ ਕਰਨ ਦੇ ਲਈ ਹੁੰਦੀ ਹੈ। ਉਹ ਜਿਹੜਾ ਸਚਿਆਰਾ ਅਮਲ ਹੈ ਜਿਸ ਗੁਰਮੁਖ ਦੀ ਬਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪਾਈ ਉਸ ਗੁਰਮੁਖ ਦੇ ਗੁਣ ਪ੍ਰਗਟ ਕਰਨ ਦੇ ਲਈ ਅਤੇ ਉਸ ਗੁਰਮੁਖ ਦਾ ਜੋ ਸਚਿਆਰਾ ਅਮਲ ਹੈ ਵਿਹਾਰ ਹੈ ਉਹਨੂੰ ਪ੍ਰਗਟ ਕਰਨ ਦੇ ਲਈ ਖਾਲਸਾ ਜੰਗ ਕਰਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਆਪਾਂ ਜਦੋਂ ਜੰਗ ਦੀ ਗੱਲ ਕਰੀਏ ਕਿ ਉਹਨਾਂ ਦੀ ਜੰਗ ਕਿਉਂ ਹੋਈ, ਉਹਨਾਂ ਦੀ ਸ਼ਹਾਦਤ ਕਿਉਂ ਹੋਈ, ਤਾਂ ਉਹਦੇ ਵਿੱਚ ਪਾਤਸ਼ਾਹ ਦਾ ਕੋਈ ਦੁਨਿਆਵੀ ਮਲਕੀਅਤ ਦਾ, ਕੋਈ ਰਾਜ ਦਾ, ਕੋਈ ਪਦਾਰਥ ਦਾ, ਕੋਈ ਸ਼ੌਹਰਤ ਦਾ ਜਾਂ ਕੋਈ ਐਸ਼ੋ ਇਸ਼ਰਤ ਦਾ ਤਾਂ ਕੋਈ ਦਾਅਵਾ ਹੀ ਨਹੀਂ ਸੀਗਾ। ਦਾਅਵਾ ਕਿਸ ਗੱਲ ਦਾ ਸੀਗਾ ਕਿ ਉਸ ਵਕਤ ਜੋ ਰਾਜਸੀ ਨਿਜ਼ਾਮ ਹੈ ਜਾਂ ਜੋ ਧਰਮ ਦਾ ਨਿਜ਼ਾਮ ਹੈ ਉਹ ਆਪਣੇ ਆਪ ਨੂੰ ਸਰਵੋਤਮ ਸਮਝਦਾ ਸੀਗਾ। ਉਸਨੂੰ ਲੱਗਦਾ ਸੀਗਾ ਜੋ ਰਾਜਸੀ ਨਿਜ਼ਾਮ ਹੈ ਮੁਗਲਾਂ ਦਾ, ਉਹਨਾਂ ਨੂੰ ਲੱਗਦਾ ਸੀਗਾ ਕਿ ਮੁਗਲਾਂ ਦੀ ਤਾਕਤ ਤੋਂ ਬਿਨਾਂ, ਮੁਗਲਾਂ ਦੇ ਤਖ਼ਤ ਤੋਂ ਬਿਨਾਂ ਇੱਥੇ ਕਿਸੇ ਦਾ ਕੋਈ ਦੂਸਰੇ ਬੰਦੇ ਦਾ ਹੁਕਮ ਨਹੀਂ ਚੱਲ ਸਕਦਾ ਹੈ ਅਤੇ ਉਹਨਾਂ ਦੇ ਧਰਮ ਤੋਂ ਉੱਚਾ ਕੋਈ ਹੋਰ ਧਰਮ ਨਹੀਂ ਹੈ। ਅਤੇ ਇਸੇ ਪ੍ਰਕਾਰ ਇੱਥੇ ਜਿਹੜਾ ਦੂਸਰਾ ਧਰਮ ਸੀਗਾ ਜਿਹੜਾ ਇੱਥੇ ਸਨਾਤਨ ਧਰਮ ਕਹਿੰਦੇ, ਹਿੰਦੂ ਧਰਮ ਕਹਿੰਦੇ, ਉਹਦਾ ਬੜੇ ਨਾਂ ਨੇ, ਉਹਨਾਂ ਦੇ ਲੋਕਾਂ ਦੀ ਵੀ ਵਿੱਚ ਸ਼ਮੂਲੀਅਤ ਸੀਗੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚ। ਉਹਨਾਂ ਦਾ ਜਾਤ ਪਾਤ ਦਾ ਹਉਮੈ ਹੰਕਾਰ ਸੀਗਾ ਜਿਹੜਾ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੇ ਰਸਤੇ 'ਚ ਆਇਆ। ਅਤੇ ਦੂਸਰੇ ਪਾਸੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਿਹੜਾ ਸਿਧਾਂਤ ਹੈ, ਗੁਰਮਤ ਹੈ, ਉਹਦਾ ਨੁਕਤਾ ਕਿਹਾ ਸੀਗਾ। ਪਾਤਸ਼ਾਹ ਦਾ ਨੁਕਤਾ ਇਹ ਸੀਗਾ ਕਿ ਇਸ ਜਹਾਨ ਦੇ ਵਿੱਚ ਉਹ ਮਨੁੱਖ ਉੱਚਾ ਹੈ, ਉਹ ਮਨੁੱਖ ਸੱਚਾ ਹੈ ਜਿਹਦਾ ਅਮਲ ਸਚਿਆਰਾ। ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਕਿ ਸਚਿਆਰੇ ਅਮਲ ਵਾਲੇ ਮਨੁੱਖ ਉੱਚੇ ਨੇ, ਕਿਸੇ ਰਾਜਸੀ ਧਿਰ, ਕਿਸੇ ਧਰਮ, ਕਿਸੇ ਜਾਤ ਕਰਕੇ ਕੋਈ ਉੱਚਾ ਨਹੀਂ ਹੈ, ਸਗੋਂ ਸਚਿਆਰੇ ਅਮਲ ਹੋਣ ਕਰਕੇ ਉੱਚਾ ਹੈ, ਉਹਦੀ ਗਵਾਹੀ ਦੇ ਰੂਪ ਦੇ ਵਿੱਚ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੇ ਸੰਤਾਂ ਮਹਾਂਪੁਰਖਾਂ ਦੀ ਬਾਣੀ ਦਰਜ ਕੀਤੀ ਉਹ ਹਰ ਜਾਤ, ਹਰ ਧਰਮ ਅਤੇ ਹਰ ਰਾਜਸੀ ਰੁਤਬੇ ਦੇ ਹਿਸਾਬ ਦੇ ਨਾਲ ਜੋ ਵੀ ਕੋਈ ਮਨੁੱਖ ਹੈ ਉਸ ਦੀ ਇਹਦੇ ਵਿੱਚ ਬਾਣੀ ਦਰਜ ਕੀਤੀ, ਕਿਉਂਕਿ ਉਹਨਾਂ ਮਨੁੱਖਾਂ ਦੀ ਬਾਣੀ ਦਰਜ ਕੀਤੀ ਜਿਹਨਾਂ ਦਾ ਅਮਲ ਸਚਿਆਰ ਹੈ। ਤੋ ਇਹ ਗੱਲ ਉਸ ਵਕਤ ਦਾ ਜੋ ਹਾਕਮ ਵਰਗ ਹੈ ਜਾਂ ਉਸ ਵਕਤ ਦਾ ਜੋ ਧਾਰਮਿਕ ਵਰਗ ਹੈ ਉਹਨੂੰ ਪਸੰਦ ਨਹੀਂ ਆਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਬੰਧ ਦੇ ਵਿੱਚ ਸ਼ਿਕਾਇਤਾਂ ਹੋਈਆਂ ਨੇ ਰਾਜ ਦਰਬਾਰ ਦੇ ਵਿੱਚ, ਤੋ ਉਹ ਅਕਬਰ ਦੇ ਵਕਤ ਜਦੋਂ ਹੋਈਆਂ ਤੋ ਅਕਬਰ ਆਪਣੇ ਤੌਰ ਤੇ ਸਮਝੋ ਕਿ ਉਸ ਤਰ੍ਹਾਂ ਸਿਆਣਾ ਸੀਗਾ ਜਾਂ ਇਹ ਸਮਝੋ ਕਿ ਉਸ ਵਕਤ ਮੁਗਲੀਆ ਰਾਜ ਹਜੇ ਉਨਾ ਪੱਕੇ ਪੈਰੀ ਨਹੀਂ ਸੀਗਾ ਜਿੰਨਾ ਜਹਾਂਗੀਰ ਦੇ ਵਕਤ ਸੀਗਾ, ਜਾਂ ਜਹਾਂਗੀਰ ਦੇ ਵਕਤ ਜੋ ਦਰਬਾਰ ਸੀਗਾ ਉਹ ਆਪਣੇ ਆਪ ਪੂਰੇ ਇਸਲਾਮੀ ਮੁਗਲਈ ਰੰਗ ਦੇ ਵਿੱਚ ਆ ਗਿਆ ਸੀਗਾ ਅਤੇ ਉਹਦੇ ਜਿਹੜੇ ਅਹਿਲਕਾਰ ਹੈ ਉਹ ਵੀ ਆਪਣੀ ਜਾਤ ਪਾਤ ਦੀ ਹਉਮੈ ਦੇ ਵਿੱਚ ਸਿਖਰ ਤੇ ਸੀਗੇ ਅਤੇ ਉਹਨਾਂ ਦੇ ਚੱਲਦੇ ਹੋਏ ਉਹਨਾਂ ਨੇ ਜੋ ਅਕਾਲ ਪੁਰਖ ਦਾ ਪ੍ਰਤੱਖ, ਉਸ ਪਰਮਾਤਮਾ ਦਾ ਪ੍ਰਤੱਖ ਰੂਪ ਹੈ ਉਸ ਦੇ ਉੱਤੇ ਹਮਲਾ ਕਰਨ ਦੀ ਸੋਚੀ। ਤੋ ਜੋ ਗੁਰੂ ਪਾਤਸ਼ਾਹ ਨੇ ਉਸ ਦਾ ਜਵਾਬ ਦਿੱਤਾ, ਪਾਤਸ਼ਾਹ ਨੇ ਸੱਚ ਦੀ ਗਵਾਹੀ ਦਿੱਤੀ ਕਿ ਜੋ ਗੁਰਮਤ ਦੇ ਵਿੱਚ ਗੱਲ ਹੈ,
ਜੋ ਗੁਰਮਤ ਦਾ ਅਮਲ ਹੈ ਉਹ ਸਚਿਆਰਾ ਹੈ, ਉਹ ਸੱਚਾ ਹੈ, ਤੇ ਉਹਦੀ ਗਵਾਹੀ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਸਰੀਰ ਦਾ ਜਿਹੜਾ ਠੀਕਰਾ ਹੈ ਇਹ ਉਹਨਾਂ ਦੇ ਸਨਮੁਖ ਭੰਨਿਆ। ਤੋ ਉਸ ਤੋਂ ਬਾਅਦ ਅੱਜ ਤੱਕ ਜੋ ਵੀ ਸ਼ਹਾਦਤ ਹੋਣੀ ਆ, ਜੋ ਵੀ ਜੰਗ ਹੋਣੀ ਆ, ਉਹਦੇ ਵਿੱਚ ਇਹ ਨੁਕਤਾ ਬੁਨਿਆਦੀ ਹੋਣਾ ਹੈ ਕਿ ਸਿੱਖ ਨੇ ਸ਼ਹਾਦਤ ਸੱਚ ਦੇ ਲਈ ਲੈਣੀ ਆ, ਸਿੱਖ ਨੇ ਸ਼ਹਾਦਤ ਜੋ ਗੁਰਮਤ ਦੇ ਪਾਏ ਹੋਏ ਪੂਰ ਨੇ ਉਹਨਾਂ ਲਈ ਦੇਣੀ ਹੈ। ਤੇ ਗੁਰਮਤ ਦੇ ਵਿੱਚ ਜੋ ਦੁਨੀਆਂ ਦੇ ਲਈ ਸਭ ਤੋਂ ਵੱਡਾ ਸਬਕ ਹੈ, ਜੋ ਫਰਜ਼ ਹੈ, ਜੋ ਸਭ ਤੋਂ ਵੱਡਾ ਪੂਰਨਾ ਪਾਇਆ ਹੋਇਆ, ਜੋ ਸਾਡੇ ਲਈ ਕਾਰਜ ਮਿਥਿਆ ਹੋਇਆ, ਉਹ ਸਰਬੱਤ ਦੇ ਭਲੇ ਦਾ, ਉਹ ਹਲੇਮੀ ਰਾਜ ਦਾ, ਉਹ ਬੇਗਮਪੁਰੇ ਦਾ, ਉਹ ਖਾਲਸਾ ਜੀ ਕੇ ਬੋਲਬਾਲੇ ਦਾ। ਤੇ ਜਦੋਂ ਵੀ ਕੋਈ ਸਿੱਖ ਇਹਨਾਂ ਗੁਰਮਤ ਦੇ ਸੰਕਲਪਾਂ ਦੇ ਲਈ ਜੂਝਦਾ ਤੇ ਸ਼ਹਾਦਤ ਦਿੰਦਾ ਤੇ ਉਸ ਸ਼ਹਾਦਤ ਦੀ ਗੁਰੂ ਘਰ ਦੇ ਵਿੱਚ ਮਾਨਤਾ ਹੁੰਦੀ, ਉਹ ਸ਼ਹੀਦ ਇੱਕ ਮਰਤਬਾ ਪ੍ਰਾਪਤ ਕਰਦੇ ਆ ਗੁਰੂ ਘਰ ਦੇ ਵਿੱਚ, ਔਰ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦੀਆਂ 12 ਗਾਈਆਂ। ਹੁਣ ਆਪਾਂ ਸੰਤ ਜਰਨੈਲ ਸਿੰਘ ਹੁਣਾਂ ਦਾ ਔਰ ਉਹਨਾਂ ਦੇ ਜੋ ਸਾਥੀ ਹੋਏ ਜਨਰਲ ਸਵੇਕ ਸਿੰਘ, ਭਾਈ ਅਮਰੀਕ ਸਿੰਘ ਹੁਣੀ, ਉਹਨਾਂ ਦਾ ਲੜਨ ਦਾ ਨਿਸ਼ਾਨਾ ਦੇਖੀਏ। ਉਹਨਾਂ ਦਾ ਲੜਨ ਦਾ ਨਿਸ਼ਾਨਾ ਵੀ ਕੋਈ ਪ੍ਰਧਾਨ ਮੰਤਰੀ ਦੀ ਕੁਰਸੀ, ਕੋਈ ਮੁੱਖ ਮੰਤਰੀ ਦੀ ਕੁਰਸੀ, ਜਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ, ਜਾਂ ਕਿਸੇ ਵੀ ਕਿਸਮ ਦਾ ਕੋਈ ਦੁਨਿਆਵੀ ਅਹੁਦਾ ਉਹਨਾਂ ਦੇ ਨਿਸ਼ਾਨੇ ਦੇ ਵਿੱਚ ਨਾ ਸਾਂਦਾ। ਉਹ ਕਿਸ ਗੱਲ ਦੇ ਲਈ ਲੜੇ? ਉਹ ਪੰਜਾਬ ਤੇ ਪੰਜਾਬ ਦੇ ਜੋ ਮਨੁੱਖ ਹੈ, ਆਮ ਮਨੁੱਖ ਹੈ, ਉਹਨਾਂ ਦੀਆਂ ਜੋ ਬੁਨਿਆਦੀ ਮੰਗਾਂ ਨੇ ਉਹਨਾਂ ਲਈ ਲੜੇ। ਵੱਧ ਅਧਿਕਾਰ ਪ੍ਰਾਪਤ ਹੋਣੇ, ਤੁਹਾਡਾ ਸਵੈ ਨਿਰਣੇ ਦਾ ਹੱਕ ਤੁਹਾਨੂੰ ਪ੍ਰਾਪਤ ਹੋਣਾ, ਇਹ ਦੁਨੀਆਂ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ ਯੂਨਾਈਟਿਡ ਨੇਸ਼ਨਸ, ਉਹਦੇ ਚਾਰਟਰ ਦਾ ਸਭ ਤੋਂ ਬੁਨਿਆਦੀ ਨੁਕਤਾ ਹਰੇਕ ਮਨੁੱਖ ਲਈ। ਉਹ ਕਹਿੰਦੇ ਕਿ ਹਰੇਕ ਮਨੁੱਖ ਲਈ, ਹਰੇਕ ਕੌਮ ਲਈ ਸਵੈ ਨਿਰਣੇ ਦਾ ਹੱਕ ਹੋਣਾ ਚਾਹੀਦਾ। ਤੇ ਸਾਰੇ ਦੁਨੀਆਂ ਦੇ ਸੰਵਿਧਾਨ, ਸਾਰੇ ਦੁਨੀਆਂ ਦੇ ਮੁਲਕ ਉਸ UN ਦੇ ਚਾਰਟਰ ਨੂੰ ਮੰਨਦੇ ਨੇ। ਤੋ ਸੰਤ ਜਰਨੈਲ ਸਿੰਘ ਹੁਣਾਂ ਨੇ ਵੀ ਇਹੀ ਗੱਲ ਕਹੀ ਕਿ ਪੰਜਾਬ ਦੇ ਲੋਕਾਂ ਨੂੰ ਸਾਂਝੇ ਰੂਪ ਦੇ ਵਿੱਚ ਆਪਣੇ ਨਿਰਣੇ ਆਪ ਲੈਣ ਦਾ ਸਿਆਸੀ ਹੱਕ ਹੋਣਾ ਚਾਹੀਦਾ। ਦੂਸਰੀ ਗੱਲ ਕਿ ਜੋ ਪੰਜਾਬ ਦੇ ਸਰੋਤ ਨੇ, ਦਰਿਆਈ ਪਾਣੀਆਂ ਦਾ ਮਸਲਾ ਜਾਂ ਹੋਰ, ਵੀ ਇਹ ਸਾਰੇ ਜੋ ਕੁਦਰਤੀ ਸਰੋਤ ਨੇ ਜਾਂ ਆਰਥਿਕ ਸਰੋਤ ਨੇ, ਇਹ ਪੰਜਾਬ ਦੇ ਲੋਕ ਹੀ ਇਹਨਾਂ ਸਰੋਤਾਂ ਨੂੰ ਆਪਣੀ ਸਹੂਲਤ ਅਨੁਸਾਰ ਵਰਤਣ, ਇਹਨਾਂ ਦੀ ਲੁੱਟ ਨਹੀਂ ਹੋਣੀ ਚਾਹੀਦੀ ਇਹਨਾਂ ਦੀ ਮਰਜ਼ੀ ਤੋਂ ਬਗੈਰ। ਤੋ ਇਹ ਜੋ ਵੀ ਗੱਲਾਂ ਸੀਗੀਆਂ, ਇਹ ਸੰਤ ਜਰਨੈਲ ਸਿੰਘ ਹੁਣਾਂ ਤੋਂ ਪਹਿਲਾਂ ਵੀ ਪੋਲੀਟੀਕਲ ਪਾਰਟੀਆਂ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸੰਘਰਸ਼ ਕਰਦੀਆਂ ਆਈਆਂ ਸੀਗੀਆਂ, ਪਰ ਪੋਲੀਟੀਕਲ ਪਾਰਟੀਆਂ ਦੀ ਸਮਰੱਥਾ ਕਹਿ ਲਓ ਜਾਂ ਮਨਸ਼ਾ ਕਹਿ ਲਓ, ਉਹਨਾਂ ਕੋਲੋਂ ਇਹ ਮਸਲੇ ਹੱਲ ਨਾ ਹੋਏ, ਨਾ ਕਿਸੇ ਇੱਕ ਫੈਸਲਾ ਕੁੰਨ ਜੰਗ ਤੱਕ ਲੈ ਕੇ ਜਾ ਹੋਇਆ। ਤੋ ਮਸਲੇ ਸਾਰੇ ਪੰਜਾਬ ਦੀਆਂ ਵੱਖ ਵੱਖ ਪੋਲੀਟੀਕਲ ਪਾਰਟੀਆਂ ਦੇ ਰਾਹੀਂ ਪਹਿਲਾਂ ਵੀ ਉਠਾਏ ਜਾਂਦੇ ਰਹੇ ਸੀਗੇ, ਪਰ ਸੰਤ ਜਰਨੈਲ ਸਿੰਘ ਹੁਣਾਂ ਨੇ ਉਹਨਾਂ ਹੀ ਮਸਲਿਆਂ ਨੂੰ ਇੱਕ ਫੈਸਲਾ ਕੁੰਨ ਮੋੜ ਤੱਕ ਲੈ ਕੇ ਗਏ, ਇਤਿਹਾਸ ਦੇ ਉਸ ਮੋੜ ਤੱਕ ਲੈ ਕੇ ਗਏ ਜਿਸ ਮੋੜ ਨੇ ਸਿੱਖਾਂ ਦਾ ਪੂਰਾ ਇਤਿਹਾਸ ਦਾ ਬਹਿਣ ਬਦਲ ਦਿੱਤਾ। ਜੰਗ ਦੇ ਵਿੱਚ ਕੁਰਬਾਨੀਆਂ ਤਾਂ ਬਹੁਤ ਹੁੰਦੀਆਂ ਨੇ, ਉਹ ਕੁਰਬਾਨੀ ਨੂੰ ਹੀ ਆਪਾਂ ਅਸਲ ਅਰਥਾਂ 'ਚ ਸ਼ਹਾਦਤ ਕਹਿ ਸਕਦੇ ਹਾਂ ਜਿਹੜਾ ਇਤਿਹਾਸ ਦਾ ਬਹਿਣ ਮੋੜ ਦਿੱਤਾ। ਸੰਤ ਜਰਨੈਲ ਸਿੰਘ ਹੁਣਾਂ ਦੀ ਸ਼ਹਾਦਤ ਨੇ ਇਤਿਹਾਸ ਦਾ ਬਹਿਣ ਮੋੜ ਦਿੱਤਾ। ਉਸ ਤੋਂ ਪਹਿਲਾਂ ਪੰਜਾਬ ਦੇ ਬਹੁਤੇ ਲੋਕ ਆਪਣੇ ਲਈ ਰਿਆਇਤਾਂ ਮੰਗਣ ਦੀ ਲੜਾਈ ਲੜਦੇ ਆਏ ਸੀ, ਪਰ ਸੰਤ ਜਰਨੈਲ ਸਿੰਘ ਹੁਣਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਇੱਥੇ ਦੇ ਇਤਿਹਾਸ ਨੇ ਮੋੜ ਬਦਲਿਆ। ਉਹਨਾਂ ਨੇ ਜੋ ਗੁਰੂ ਪਾਤਸ਼ਾਹ ਦਾ ਦਿੱਤਾ ਹੋਇਆ
ਇੱਕ ਸੰਕਲਪ ਸੀਗਾ ਸਾਨੂੰ ਮੀਰੀ ਪੀਰੀ ਦਾ, ਜਿੱਥੇ ਅਸੀਂ ਰੂਹਾਨੀ ਤੌਰ 'ਤੇ ਪੀਰੀ ਦੇ ਤੌਰ ਦੇ ਉੱਤੇ ਸੁਤੰਤਰ ਵਿਚਰਨਾ ਹੈ ਪਾਤਸ਼ਾਹ ਦੇ ਤੌਰ 'ਤੇ, ਉੱਥੇ ਮੀਰੀ ਦੇ ਤੌਰ ਦੇ ਉੱਤੇ ਵੀ ਆਪਾਂ ਆਜ਼ਾਦ ਹੋਣਾ, ਸੁਤੰਤਰ ਵਿਚਰਨਾ। ਇਸ ਗੱਲ ਦਾ ਨੁਕਤਾ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਹੀ ਲੋਕਾਂ ਦੇ ਵਿੱਚ ਪ੍ਰਵਾਨ ਹੋਇਆ। ਜਿਹੜੀ ਗੱਲ ਸੰਤ ਜੀ ਕਹਿੰਦੇ ਸੀਗੇ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਖਾਲਿਸਤਾਨ ਦੀ ਨੀਂਹ ਰੱਖੀ ਜਾਣੀ, ਉਹ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਹੀ ਸਾਡੀ ਕੌਮ, ਸਾਡਾ ਪੰਥ ਉਸ ਨੁਕਤੇ 'ਤੇ ਦੁਬਾਰਾ ਆਇਆ ਕਿ ਰਿਆਇਤਾਂ ਦੇ ਨਾਲ ਗੱਲ ਨਹੀਂ ਬਣਨੀ ਹੈ। ਆਪਾਂ ਨੂੰ ਆਪਣੀ ਮੀਰੀ ਪੀਰੀ ਦੇ ਸਿਧਾਂਤ ਦੇ ਅਨੁਸਾਰ, ਜਿਹੜਾ ਸਾਡਾ ਆਪਣਾ ਹਲੇਮੀ ਰਾਜ ਦਾ ਸਿਧਾਂਤ ਹੈ, ਜਿਹੜਾ ਖਾਲਸਾ ਜੀ ਕਿ ਬੋਲਬਾਲੇ ਦਾ ਸਿਧਾਂਤ ਹੈ, ਉਹਦੇ ਅਨੁਸਾਰ ਸਾਨੂੰ ਜੋ ਆਪਣੀ ਰਵਾਇਤ ਹੈ ਉਹਦੇ ਅਨੁਸਾਰ ਮੀਰੀ ਦੇ ਖੇਤਰ ਦੇ ਵਿੱਚ ਵੀ ਸੁਤੰਤਰ ਹੋਣਾ ਪੈਣਾ। ਸੋ ਇਹ ਉਹਨਾਂ ਸ਼ਹੀਦਾਂ ਦੀ ਇੱਕ, ਆਉਣ ਵਾਲੇ ਸਮਿਆਂ ਦੇ ਵਿੱਚ ਵੀ ਪਤਾ ਨਹੀਂ ਇਹ ਮੰਜ਼ਲਾਂ ਕਦੋਂ ਸਰ ਹੋਣੀਆਂ ਨੇ, ਬਟ ਉਹਨਾਂ ਨੇ ਇੱਕ ਬਹਿਣ ਉਸ ਪਾਸੇ ਕਰ ਦਿੱਤਾ। ਤੋ ਦੂਸਰੀ ਗੱਲ ਕਹਿ ਕੇ ਮੈਂ ਤੁਹਾਡੇ ਕੋਲ ਖਿਮਾ ਮੰਗਣੀ, ਉਹ ਇਹ ਕਿ ਦਿੱਲੀ ਦਰਬਾਰ ਨੇ ਹਮਲਾ ਕਿਉਂ ਕੀਤਾ? ਦਿੱਲੀ ਦਰਬਾਰ ਅਤੇ ਅਕਾਲ ਤਖਤ ਸਾਹਿਬ ਦਾ ਜਦੋਂ ਵੀ ਯੁੱਧ ਹੋਇਆ, ਚਾਹੇ ਉਹ ਮੁਗਲਾਂ ਵੇਲੇ ਹੋਇਆ, ਚਾਹੇ ਉਹ ਅਫਗਾਨਾਂ ਵੇਲੇ ਹੋਇਆ, ਚਾਹੇ ਉਹ ਬ੍ਰਿਟਿਸ਼ ਫਰੰਗੀ ਰਾਜ ਵੇਲੇ ਹੋਇਆ, ਦਿੱਲੀ ਦੇ ਦਰਬਾਰ ਦਾ ਅਕਾਲ ਤਖਤ ਦੇ ਨਾਲ ਸਦਾ ਜੰਗ ਹੁੰਦਾ ਰਿਹਾ। ਉਹਦੀ ਇੱਕੋ ਬੁਨਿਆਦੀ ਵਜ੍ਹਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਗੁਰਮੁਖਤਾਈ ਦੀ ਗੱਲ ਹੋਣੀ, ਦਿੱਲੀ ਦੇ ਦਰਬਾਰ ਤੋਂ ਮਨਮੁਖਤਾਈ ਦੀ ਗੱਲ ਹੋਣੀ, ਉੱਥੇ ਹੋਂ ਦੇ ਆਧਾਰ ਦੇ ਉੱਤੇ ਖੜ ਕੇ ਗੱਲਾਂ ਹੋਣੀਆਂ ਨੇ, ਜਾਂ ਹਉਮੈ ਦੇ ਜਾਂ ਆਪਣੀ ਅਕਲ ਦੇ ਆਧਾਰ ਦੇ ਉੱਤੇ ਹੱਲ ਪੇਸ਼ ਹੋਣੇ ਨੇ, ਅਤੇ ਅਕਾਲ ਤਖਤ ਸਾਹਿਬ ਤੋਂ ਜੋ ਗੁਰਮਤ ਕਹਿੰਦੀ ਹੈ, ਜੋ ਸੁਰਤ ਕਹਿੰਦੀ ਹੈ ਖਾਲਸੇ ਦੀ ਸਾਂਝੀ, ਉਹਦੇ ਆਧਾਰ 'ਤੇ ਹੱਲ ਪੇਸ਼ ਹੋਣੇ ਨੇ। ਅਤੇ ਗੁਰਮਤ ਦੇ ਵਿੱਚ ਸਾਰੇ ਹੀ ਸਚਿਆਰੇ ਮਨੁੱਖਾਂ ਨੂੰ ਜਗ੍ਹਾ ਹੈ, ਸਾਰਿਆਂ ਦੀ ਜੋ ਵੀ ਪਛਾਣ ਹੈ, ਬੋਲੀ ਕਰਕੇ ਪਛਾਣ ਹੈ, ਧਰਮ ਕਰਕੇ ਪਛਾਣ ਹੈ, ਕਿਸੇ ਖਿੱਤੇ ਕਰਕੇ ਪਛਾਣ ਹੈ, ਉਸ ਪਛਾਣ ਨੂੰ ਗੁਰਮਤ ਦੇ ਵਿੱਚ ਪੂਰੀ ਜਗ੍ਹਾ, ਪੂਰੀ ਮਾਨਤਾ ਪ੍ਰਾਪਤ। ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਕਤ ਦੀ ਇੱਕ ਸਾਖੀ ਆਉਂਦੀ, ਕਿਸੇ ਸਿੱਖ ਨੇ ਪੁੱਛਿਆ ਪਾਤਸ਼ਾਹ ਨੂੰ ਵੀ ਕਿਹੜਾ ਧਰਮ ਖੂਬ ਹੈ, ਕਿਹੜਾ ਧਰਮ ਵਧੀਆ। ਉਹ ਹੋਰ ਧਰਮ ਦਾ ਮਨੁੱਖ ਸੀਗਾ, ਪਾਤਸ਼ਾਹ ਨੇ ਕਿਹਾ ਕਿ ਹਮਾਰਾ ਹਮੇ ਖੂਬ ਤੁਮਾਰਾ ਤੁਮੇ ਖੂਬ, ਭਾਵ ਕਿ ਗੁਰਮਤ ਦੇ ਵਿੱਚ ਸਾਰਿਆਂ ਨੂੰ ਹੀ ਬਰਾਬਰ ਜਗ੍ਹਾ ਹੈ, ਕਿਉਂਕਿ ਇੱਥੇ ਸਾਂਝੀਵਾਲਤਾ ਦੀ ਗੱਲ ਹੈ। ਅਤੇ ਜਿਹੜਾ ਦਿੱਲੀ ਦਾ ਤਖ਼ਤ ਹੈ ਉਹ ਸਦਾ ਹੀ ਇੱਕ ਨੂੰ ਹੀ ਉੱਪਰ ਰੱਖਦਾ ਆਇਆ, ਮੁਗਲਾਂ ਵੇਲੇ ਮੁਗਲ ਉੱਪਰ, ਬਾਕੀ ਸਾਰੇ ਉਹਨਾਂ ਦੇ ਮਤਹਿਤ, ਅਫਗਾਨਾਂ ਵੇਲੇ ਅਫਗਾਨ ਉੱਪਰ ਬਾਕੀ ਸਾਰੇ ਮਤਹਿਤ, ਅੰਗਰੇਜ਼ਾਂ ਵੇਲੇ ਅੰਗਰੇਜ਼, ਅਤੇ ਹੁਣ ਦੇ ਹਾਕਮਾਂ ਵੇਲੇ ਜੋ ਹਿੰਦੂ ਤਵੀ ਹੈ ਉਹ ਸਭ ਤੋਂ ਉੱਪਰ, ਬਾਕੀ ਉਹਨਾਂ ਦੇ ਥੱਲੇ ਮਤਹਿਤ। ਜਦੋਂ ਤੋਂ ਇਹ ਆਇਨ, ਇਹ ਸੰਵਿਧਾਨ ਬਣਿਆ, ਉਹਦੇ ਵਕਤ ਤੋਂ ਉਹਨਾਂ ਨੇ ਸਾਡੀ ਜਿਹੜੀ ਪਛਾਣ ਹੈ ਉਹਨੂੰ ਮਾਨਤਾ ਨਹੀਂ ਦਿੱਤੀ। ਮੈਨੂੰ, ਤੁਹਾਨੂੰ ਸਾਰਿਆਂ ਨੂੰ ਪੁੱਛੋ ਵੀ ਤੁਹਾਡੀ ਸਾਂਝੀ ਪਛਾਣ ਕਿਆ ਹੈ, ਤੁਸੀਂ ਇਹੀ ਕਹੋਗੇ ਖਾਲਸਾ ਪੰਥ ਹੈ, ਸਿੱਖ ਸੰਗਤ ਹੈ। ਪਰ ਸੰਵਿਧਾਨ ਦੇ ਵਿੱਚ ਖਾਲਸਾ ਪੰਥ ਜਾਂ ਸਿੱਖ ਸੰਗਤ ਦੀ ਪਛਾਣ ਨੂੰ ਕੋਈ ਮਾਨਤਾ ਨਹੀਂ ਹੈ। ਉੱਥੇ ਇੱਕ ਮਨੁੱਖ ਨੂੰ, ਇੱਕ ਸਿੱਖ ਨੂੰ ਮਾਨਤਾ ਹੈ, ਉਹ ਵੀ ਹਿੰਦੂ ਧਰਮ ਦਾ ਇੱਕ ਅੰਗ ਹੋਣ ਦੇ ਨਾਤੇ। ਜਿਹੜੀ ਸੰਵਿਧਾਨ ਦੀ 25 ਧਾਰਾ 2B ਜਿਹੜੀ ਦਾ ਰੌਲਾ ਬਹੁਤ ਪੈਂਦਾ ਰਹਿੰਦਾ ਹੈ, ਉਹਦੇ ਵਿੱਚ ਵੀ ਜਿਹੜੀ ਤੁਹਾਡੀ ਕਾਨੂੰਨੀ ਮਾਨਤਾ ਇੱਕ ਮਨੁੱਖ ਦੀ ਮਾਨਤਾ ਹੈ, ਉਹ ਵੀ ਹਿੰਦੂ ਧਰਮ ਦੇ ਇੱਕ ਹਿੱਸੇ ਦੇ ਤੌਰ 'ਤੇ ਆ, ਜਿੱਦਾਂ ਜੈਨ ਅਤੇ ਬੋਧੀ। ਉਹਨਾਂ ਨੇ ਜਦੋਂ ਤੁਹਾਡੀ ਸਾਂਝੀ ਪਛਾਣ ਨੂੰ ਮਾਨਤਾ ਨਹੀਂ ਦਿੱਤੀ, ਇਸ ਕਰਕੇ ਤੁਹਾਡੀਆਂ ਸੰਸਥਾਵਾਂ ਨੂੰ ਵੀ ਫਿਰ ਮਾਨਤਾ ਨਹੀਂ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰੂ ਖਾਲਸਾ ਪੰਥ ਦੇ ਸੇਵਾਦਾਰ ਹੈ, ਸਾਡੇ ਲਈ ਅਕਾਲ ਤਖ਼ਤ ਦਾ ਹੁਕਮ ਸਭ ਤੋਂ ਉੱਪਰ ਹੈ। ਸੁਪਰੀਮ ਕੋਰਟ
ਜਾਂ ਜ਼ਿਲ੍ਹਾ ਅਦਾਲਤ ਹੀ ਕਹਿੰਦੀ ਹੈ ਕਿ ਅਕਾਲ ਤਖ਼ਤ ਤਾਂ ਇੱਕ ਪ੍ਰਾਈਵੇਟ ਸੰਸਥਾ ਹੈ, ਇਹਦੇ ਹੁਕਮਨਾਮੇ ਦੀ ਤਾਂ ਕੋਈ ਮਾਨਤਾ ਨਹੀਂ ਹੈ। ਸਾਡੇ ਸਾਹਮਣੇ ਹੁਣ ਹੋਇਆ ਪਟਨਾ ਸਾਹਿਬ ਇੱਕ ਕੇਸ ਆਇਆ ਕਿ ਉੱਥੋਂ ਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਬਦਲ ਦਿੱਤਾ ਗਿਆ, ਨਵਾਂ ਜਥੇਦਾਰ ਲਾ ਦਿੱਤਾ ਗਿਆ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਨਾਲ, ਅਤੇ ਉਹ ਕੇਸ ਉੱਥੋਂ ਦੇ ਸੈਸ਼ਨ ਜੱਜ ਕੋਲ ਚਲਾ ਗਿਆ, ਅਤੇ ਉੱਥੋਂ ਦਾ ਸੈਸ਼ਨ ਜੱਜ ਕਹਿੰਦਾ ਵੀ ਅਕਾਲ ਤਖ਼ਤ ਸਾਹਿਬ ਦੀ ਕਿਆ ਹੈਸੀਅਤ ਹੈ, ਇਹ ਤਾਂ ਇੱਕ ਪ੍ਰਾਈਵੇਟ ਸੰਸਥਾ, ਇਹ ਸਰਕਾਰੀ ਕੰਮ 'ਚ ਦਖਲ ਹੀ ਨਹੀਂ ਦੇ ਸਕਦੀ, ਸੰਵਿਧਾਨ ਇਹਨੂੰ ਮਾਨਤਾ ਹੀ ਨਹੀਂ ਦਿੰਦਾ ਹੈ। ਤੋ ਇੱਕ ਸੈਸ਼ਨ ਜੱਜ ਦੀ ਹੈਸੀਅਤ ਵੀ ਅਕਾਲ ਤਖ਼ਤ ਉੱਤੇ ਕਿਉਂ ਹੋ ਜਾਂਦੀ ਹੈ? ਉਹ ਇਸ ਕਰਕੇ ਹੋ ਜਾਂਦੀ ਹੈ ਕਿ ਸਾਡੀ ਸਾਂਝੀ ਪਛਾਣ ਨੂੰ ਮਾਨਤਾ ਨਹੀਂ ਅਤੇ ਸਾਡੇ ਸਾਂਝੀਆਂ ਸੰਸਥਾਵਾਂ ਨੂੰ ਮਾਨਤਾ ਨਹੀਂ। ਹੁਣ ਪੰਥ ਦੇ ਵਿੱਚ ਪੁਰਾਣੀਆਂ ਸੰਸਥਾਵਾਂ ਨੇ, ਭਾਈ ਮਹਿਤਾਬ ਸਿੰਘ ਹੁਣੀ ਬੈਠੇ ਨੇ, ਮਿਸਲ ਸ਼ਹੀਦਾਂ ਜਿਹੜੀ ਸਭ ਤੋਂ ਪੁਰਾਣੀਆਂ ਜਥੇਬੰਦੀਆਂ ਨੇ ਪੰਥ ਦੀਆਂ, ਉਹਨਾਂ ਦੇ ਵਿੱਚੋਂ ਇੱਕ ਸਿਰਮੌਰ ਸੰਸਥਾ ਹੈ। ਪਰ ਸਾਡੀਆਂ ਨੂੰ, ਸਾਂਝੀਆਂ ਨੂੰ ਕਿਉਂ ਮਾਨਤਾ ਨਹੀਂ ਹੈ? ਕਿਉਂਕਿ ਉਹਨਾਂ ਨੇ ਸਾਡੀ ਸਾਂਝੀ ਮਾਨ, ਸਾਡੀਆਂ ਜਥੇਬੰਦੀਆਂ ਨੂੰ ਇਸ ਕਰਕੇ ਮਾਨਤਾ ਨਹੀਂ ਹੈ ਕਿ ਸਾਡੀ ਸਾਂਝੀ ਜੋ ਹੋਂਦ ਹੈ ਉਹਨੂੰ ਨਹੀਂ ਉਹ ਮੰਨਦੇ। ਤੋ ਇਸ ਕਰਕੇ ਜਦੋਂ ਸੰਤ ਜਰਨੈਲ ਸਿੰਘ ਹੁਣਾਂ ਨੇ ਆਪਣੀ ਵੱਖਰੀ ਪਛਾਣ ਦਾ ਨਾਰਾ ਬੁਲੰਦ ਕੀਤਾ ਕਿ ਗੁਰੂ ਖਾਲਸਾ ਪੰਥ ਵੱਖਰਾ ਹੈ, ਨਿਆਰਾ ਹੈ, ਅਤੇ ਜਿਸ ਨਿਆਰੇਪਨ ਕਰਕੇ ਆਪਾਂ ਅੱਜ ਤੱਕ ਸ਼ਹਾਦਤਾਂ ਦਿੱਤੀਆਂ ਨੇ, ਜਦੋਂ ਉਹ ਗੱਲ ਨਿਆਰੇ ਦੀ ਬੁਲੰਦ ਹੋਈ ਤਾਂ ਉਹ ਉਹਨਾਂ ਨੂੰ ਪ੍ਰਵਾਨ ਨਹੀਂ। ਤੋ ਹਿੰਦੁਸਤਾਨ ਦੇ ਵਿੱਚ ਜੋ ਵੀ ਮਨੁੱਖ, ਇਕੱਲੇ ਆਪਾਂ ਨਹੀਂ, ਹੋਰ ਵੀ ਜੋ ਵੀ ਹਿੰਦੂ ਧਰਮ ਦੇ ਦਾਇਰੇ ਤੋਂ ਬਾਅਦ ਜਾਂ ਇਹ ਸੰਵਿਧਾਨ ਦੇ ਦਾਇਰੇ ਤੋਂ ਬਾਅਦ ਆਪਣੀ ਨਿਆਰੇਪਨ ਨੂੰ ਬੁਲੰਦ ਕਰਨ ਦੀ ਗੱਲ ਕਰਦਾ ਅਤੇ ਉਹਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਸਮਾਪਤ ਕਰਨ ਜਾਂ ਉਹਦੀ ਹੋਂਦ ਖਤਮ ਕਰਨ ਜਾਂ ਉਹਨੂੰ ਡਿਲਿਊਟ ਕਰਨ, ਪਾਟੋ ਤਾੜ ਕਰਨ ਦੇ ਬਹੁਤ ਬੜੇ ਸ਼ਰਯੰਤਰ ਰਚੇ ਜਾਂਦੇ, ਅਤੇ ਉਹ ਇੱਕ ਮੁੱਖ ਵਜ੍ਹਾ ਸੀਗੀ ਕਿ ਉਹਨਾਂ ਨੂੰ ਲੱਗਿਆ ਕਿ ਇਹ ਆਪਣੇ ਨਿਆਰੇਪਨ ਦੁਆਰਾ ਬੁਲੰਦ ਕਰ ਰਿਹਾ। ਅਤੇ ਦੂਜੀ ਵਜ੍ਹਾ ਮੁੱਖ ਇਹ ਸੀਗੀ ਕਿ ਜੋ ਗੁਰੂ ਦਾ ਸਿਧਾਂਤ ਹੈ, ਨਿਤਾਣੇ ਦੇ ਹੱਕ ਦੇ ਵਿੱਚ ਖੜਨਾ, ਜਰਬਾਣੇ ਦੇ ਖਿਲਾਫ ਖੜਨਾ, ਉਹ ਉਸ ਵਕਤ ਐਮਰਜੈਂਸੀ ਦੇ ਦੌਰਾਨ ਜੋ ਅਕਾਲੀ ਦਲ ਨੇ ਜਾਂ ਸਿੱਖਾਂ ਨੇ ਸਮੁੱਚੇ ਰੂਪ ਦੇ ਵਿੱਚ ਇੱਕ ਜਵਾਬ ਦਿੱਤਾ ਦਿੱਲੀ ਤੱਕ ਦੇ ਉਸ ਐਮਰਜੈਂਸੀ ਦੇ ਇੱਕ ਕਾਲੇ ਕਾਨੂੰਨ ਦਾ, ਉਸ ਵਕਤ ਦਿੱਲੀ ਦਰਬਾਰ ਨੂੰ ਸਮਝ ਆ ਗਈ ਸੀਗੀ ਕਿ ਜਿੰਨੇ ਵੀ ਇਹ ਹਿੰਦੁਸਤਾਨ ਦੇ ਨਿਤਾਣੇ ਨਿਮਾਣੇ ਲੋਕ ਨੇ, ਇਹਨਾਂ ਸਾਰਿਆਂ ਦੀ ਰੱਖਿਆ ਕਰਨ ਦੀ ਸਮਰੱਥਾ ਜੇ ਕਿਸੇ 'ਚ ਹੈ ਤਾਂ ਉਹ ਖਾਲਸਾ ਪੰਥ 'ਚ। ਅੱਜ ਵੀ ਸਥਿਤੀ ਉਵੇਂ ਹੀ ਆ। ਅੱਜ ਵੀ ਚਾਹੇ ਆਪਾਂ ਕਿਸਾਨ ਐਜੀਟੇਸ਼ਨ ਦੀ ਗੱਲ ਕਰੀਏ, ਉਹ ਕਾਨੂੰਨ ਤਾਂ ਸਾਰੇ ਹਿੰਦੁਸਤਾਨ 'ਚ ਹੀ ਲਾਗੂ ਹੋਏ ਸੀਗੇ, ਸਿੱਖਾਂ ਦੀਆਂ ਜਥੇਬੰਦੀਆਂ ਨਾਲੋਂ, ਪੰਜਾਬ ਦੀਆਂ ਜਥੇਬੰਦੀਆਂ ਨਾਲੋਂ, ਦੂਜੀਆਂ ਕਿਸਾਨ ਜਥੇਬੰਦੀਆਂ, ਮੈਂ ਜਾਣਦਾ ਕਰਨਾਟਕਾ ਦੀਆਂ ਜਾਂ ਹੋਰ ਮਹਾਰਾਸ਼ਟਰ ਦੀਆਂ, ਗਿਣਤੀ ਪੱਖੋਂ, ਸਮਰੱਥਾ ਪੱਖੋਂ ਬਹੁਤ ਤਕੜੀਆਂ ਨੇ, ਪਰ ਹੌਸਲੇ ਨਹੀਂ ਹੋਏ ਕਿਸੇ ਦੇ। ਆਪਣਿਆਂ 'ਚ ਕਿਉਂ ਹੌਸਲੇ ਹੋਏ? ਉਹ ਕਿਸਾਨ ਯੂਨੀਅਨ ਦੇ ਲੀਡਰਾਂ ਕਰਕੇ ਥੋੜ੍ਹੀ ਹੋਏ, ਉਹ ਜੋ ਸਾਡੇ 300 ਸਾਲ ਦੇ ਇਤਿਹਾਸ ਨੇ ਸਾਡੇ ਖੂਨ ਦੇ ਵਿੱਚ ਨਿਤਾਣੇ ਦੇ ਹੱਕ 'ਚ ਅਤੇ ਜਰਵਾਣੇ ਦੇ ਖਿਲਾਫ ਖੜਨ ਦੀ ਇੱਕ ਰੌਂ ਭਰ ਦਿੱਤੀ ਆ, ਉਹਦੇ ਸਦਕਾ ਉਹ ਕਾਨੂੰਨ ਵਾਪਸ ਹੋਏ। ਅਤੇ ਅੱਜ ਵੀ ਦਿੱਲੀ ਦਾ ਜਿਹੜਾ ਦਰਬਾਰ ਹੈ ਉਹ ਇਹ ਗੱਲ ਭਲੀ ਭਾਂਤ ਜਾਣਦਾ ਹੈ ਕਿ ਅੱਜ ਵੀ ਜੇ ਇਸ ਖਿੱਤੇ ਦੇ ਵਿੱਚ ਨਿਤਾਣੇ ਦੇ ਹੱਕ 'ਚ ਕਿਸੇ ਦੀ ਖੜਨ ਦੀ ਸਮਰੱਥਾ ਅਤੇ ਜੁਰਅਤ ਹੈ ਤਾਂ ਉਹ ਖਾਲਸਾ ਪੰਥ 'ਚ ਹੈ। ਤੋ ਇਸ ਕਰਕੇ ਜਿਹੜੇ ਆਉਣ ਵਾਲੇ ਸਮੇਂ ਨੇ ਉਹਨਾਂ 'ਚ ਸਾਡੀਆਂ ਜ਼ਿੰਮੇਵਾਰੀਆਂ ਵੀ ਬਹੁਤ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜੋ ਚੱਲ ਰਿਹਾ ਅਤੇ ਬਹੁਤਾ ਕੁਛ ਟੁੱਟ ਭੱਜ ਗਿਆ, ਪੁਰਾਣਾ ਨਵਾਂ ਉਸਰਨਾ, ਅਤੇ ਉਸ ਦੇ ਵਿੱਚ ਸਾਨੂੰ ਜੋ ਆਪਣਾ, ਆਪਣੀ ਰਵਾਇਤ ਹੈ, ਆਪਣਾ ਇਤਿਹਾਸ ਹੈ, ਆਪਣੀ ਗੁਰਮਤ ਹੈ, ਉਹਦੇ ਨਾਲ ਜੁੜਨ ਦੀ ਬਹੁਤ ਲੋੜ ਹੈ। ਤੋ ਉਹਦੇ ਨਾਲ ਜੁੜੇ ਤੋਂ ਬਿਨਾਂ ਅਸੀਂ ਜਿਹੜੇ ਨਵੇਂ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ
ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਸਹੀ ਤਰੀਕੇ ਨਾਲ ਨਜਿੱਠ ਨਹੀਂ ਸਕਾਂਗੇ। ਸੋ ਇੱਕ ਗੱਲ ਮੈਂ ਮਾਤਾਵਾਂ ਦੀ ਬੇਨਤੀ ਕਰਨੀ ਹੋਏ ਕਿ ਗੁਰਮਤ ਦਾ ਰਾਹ, ਗੁਰ ਇਤਿਹਾਸ ਦਾ ਰਾਹ, ਸਿੱਖ ਰਵਾਇਤ ਦਾ ਜਿਹੜਾ ਰਾਹ ਹੈ ਉਹ ਗੁਰਮੁਖੀ ਅੱਖਰਾਂ ਤੋਂ ਸ਼ੁਰੂ ਹੁੰਦਾ। ਜੇ ਸਾਡੇ ਬੱਚਿਆਂ ਦੇ ਕੋਲੋਂ ਗੁਰਮੁਖੀ ਅੱਖਰ ਵਿਸਰ ਗਏ, ਇਹਨਾਂ ਨੂੰ ਗੁਰਮਤ ਦੇ ਨਾਲ, ਇਤਿਹਾਸ ਦੇ ਨਾਲ, ਆਪਣੀ ਰਵਾਇਤ ਨਾਲ ਕੋਈ ਨਹੀਂ ਜੋੜ ਸਕਦਾ। ਇੱਕ ਗੋਰਾ ਪੰਜਾਬ ਦੇ ਵਿੱਚ ਕੁਛ ਸਾਲ ਪਹਿਲਾਂ ਆਇਆ, ਉਹ ਇੱਥੇ ਤੁਹਾਡੇ ਹੀ ਇਲਾਕੇ ਦੇ ਵਿੱਚ ਉਹਨੇ ਸਰਵੇ ਕੀਤਾ ਨਸ਼ਿਆਂ ਦੇ ਸੰਬੰਧੀ। ਤੋ ਮੈਂ ਉਹਨੂੰ ਪੁੱਛਿਆ ਵੀ ਕਾਰਨ ਕਿਆ ਲੱਭਿਆ, ਉਹ ਅਮੈਰੀਕਾ ਤੋਂ ਸੀਗਾ। ਉਹ ਮੈਨੂੰ ਕਹਿੰਦਾ ਕਿ ਤਿੰਨ ਵਜ੍ਹਾ ਨੇ, ਕਹਿੰਦਾ ਪਹਿਲੀ ਵਜ੍ਹਾ ਇਹ ਕਿ ਤੁਸੀਂ ਕਿਸਾਨ ਸੀਗੇ, ਤੁਹਾਡੇ ਨਿਆਣਿਆਂ ਨੂੰ ਹੁਣ ਖੇਤੀ ਨਹੀਂ ਆਉਂਦੀ। ਤੁਸੀਂ ਕਹਿੰਦਾ ਪੰਜਾਬੀ ਸੀਗੇ, ਤੁਹਾਡੇ ਨਿਆਣਿਆਂ ਨੂੰ ਕਹਿੰਦਾ ਹੁਣ ਪੰਜਾਬੀ ਨਹੀਂ ਆਉਂਦੀ। ਤੁਸੀਂ ਸਿੱਖ ਸੀਗੇ, ਕਹਿੰਦਾ ਤੁਹਾਡੇ ਨਿਆਣਿਆਂ ਨੂੰ ਹੁਣ ਗੁਰਮਤ ਦਾ ਨਹੀਂ ਪਤਾ ਹੈ। ਕਹਿੰਦਾ ਜੋ ਤੁਹਾਡੀਆਂ ਤਿੰਨੇ ਪਛਾਣਾਂ ਸੀਗੀਆਂ ਉਹਨਾਂ ਦੀਆਂ ਜੜ੍ਹਾਂ ਨਾਲੋਂ ਤੁਹਾਡੇ ਨਿਆਣੇ ਕੱਟ ਹੋ ਗਏ, ਅਤੇ ਇਹ ਟੁੱਟੀ ਹੋਈ ਕੱਟੀ ਹੋਈ ਪਤੰਗ ਵਾਂਗੂ ਆ, ਜਿੱਧਰੋਂ ਹਵਾ ਆਉਂਦੀ ਹੈ ਇਹ ਉੱਧਰ ਨੂੰ ਦੌੜ ਜਾਂਦੇ ਆ। ਜੇ ਨਸ਼ਿਆਂ ਦੀ ਹਵਾ ਆਉਂਦੀ ਤਾਂ ਨਸ਼ਿਆਂ ਵੱਲ ਨੂੰ ਦੌੜ ਜਾਂਦੇ ਆ, ਜੇ ਗੀਤਾਂ ਦੀ ਕਿਸੇ ਪੁੱਠੇ ਸਿੱਧੇ ਤਰ੍ਹਾਂ ਦੀ ਹਵਾ ਆਉਂਦੀ ਹੈ ਉੱਧਰ ਨੂੰ ਦੌੜ ਜਾਂਦੇ ਆ, ਜੇ ਕੋਈ ਗੈਂਗਸਟਰਾਂ ਦੀ ਹਵਾ ਆਉਂਦੀ ਹੈ ਉੱਧਰ ਨੂੰ ਦੌੜ ਜਾਂਦੇ। ਭਾਵ ਕਿ ਇਹਨਾਂ ਦੀਆਂ ਜੋ ਮੂਲ ਪਛਾਣਾਂ ਨੇ ਇਹ ਉਹਨਾਂ ਤੋਂ ਟੁੱਟ ਗਏ ਆ। ਪੰਜਾਬੀ, ਗੁਰਮਤ, ਖੇਤੀ, ਇਹ ਸਾਰੀਆਂ ਦੀ ਗੱਲ ਗੁਰਮੁਖੀ ਤੋਂ ਹੀ ਸ਼ੁਰੂ ਹੋਣੀ ਆ। ਆਪ ਅਤੇ ਆਪਣੇ ਨਿਆਣਿਆਂ ਨੂੰ ਗੁਰਮੁਖੀ ਦੇ ਨਾਲ ਜੋੜੀਏ। ਤਾਂ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।